ਪ੍ਰਸ਼ਾਸਨ ਜਲੰਧਰ ਵੱਲੋਂ ਸੁਵਿਧਾ ਕੈਂਪ ਫਿਲੌਰ ਤੇ ਬਲੱਡ ਕੈਂਪ ਵਿਖੇ ਅੱਜ ਸਤਲੁਜ ਕਲੱਬ ਫਿਲੌਰ ਵਿਖੇ ਲਗਾਇਆ ਗਿਆ। ਇਸ ਮੌਕੇ ਚੌਧਰੀ ਸੰਤੋਖ ਸਿੰਘ ਪਾਰਲੀਮੈਂਟ ਮੈਂਬਰ ਜਲੰਧਰ ਅਮਰਿੰਦਰ ਸਿੰਘ ਮੱਲੀ SDM ਫਿਲੌਰ ਵੱਖ ਵੱਖ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਕਾਊਂਟਰ ਲਗਾਏ ਗਏ ਤੇ ਲੋਕਾਂ ਨੇ ਵੱਖ ਵੱਖ ਸਕੀਮਾਂ ਦਾ ਲਾਭ ਲਿਆ। ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ 5-5 ਮਰਲੇ ਦੇ ਪਲਾਟ ਬੱਸ ਪਾਸ ਪੈਂਡਿੰਗ 41 ਦੇ ਕੇਸ 2 KV ਤੱਕ ਦੇ ਏਰੀਅਰ ਤੇ ਮਾਫੀ ਦੇ ਸਰਟੀਫਿਕੇਟ ਘਰਾਂ ਵਿੱਚ ਪਖਾਨਤ LPG ਗੈਸ ਕਨੈਕਸ਼ਨ ਬੱਚਿਆਂ ਲਈ ਸਕਾਲਰਸ਼ਿਪ ਪੈਨਸ਼ਨ ਸਕੀਮ ਬੁਢਾਪਾ ਵਿਧਵਾ ਆਸ਼ਰਿਤ ਆਦਿ ਘਰ ਦੀ ਸਥਿਤੀ ਕੱਚਾ ਪੱਕਾ PMAY ਯੋਜਨਾ ਮਨਰੇਗਾ ਜੋਬ ਕਾਰਡ ਪੈਂਡਿੰਗ CLU ਕੇਸ ਮੈਪ ਸਰਬੱਤ ਸਿਹਤ ਬੀਮਾ ਯੋਜਨਾ ਕਾਰਡ SCBC ਕਾਰਪੋਰੇਸ਼ਨ ਬੈਕ ਫਿਗੋ ਕੋਈ ਹੋਰ ਸਰਕਾਰੀ ਸਕੀਮ ਅਧੀਨ ਲਾਭ ਆਸ਼ੀਰਵਾਦ ਸਕੀਮ ਸੰਬੰਧੀ ਲਾਭਪਾਤਰੀਆਂ ਨੇ ਸੁਵਿਧਾ ਦੇਣ ਸੰਬੰਧੀ ਸਕੀਮਾਂ ਦਿੱਤੀਆਂ ਸੰਬੰਧੀ ਲਾਭਪਾਤਰੀਆਂ ਨੇ ਫਾਰਮ ਭਰੇ। ਇਸ ਮੌਕੇ ਸਤਵਿੰਦਰ ਸਿੰਘ ਤਹਿਸੀਲਦਾਰ ਮੱਖਣ ਸਿੰਘ ਖਹਿਰਾ ਚੇਅਰਮੈਨ ਮਾਰਕੀਟ ਕਮੇਟੀ ਫਲੋਰ ਦਾਰਾ ਸਿੰਘ ਰਾਏ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ ਰਾਮ ਲੁਵਾਇਆ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ ਮਹਿੰਦਰ ਰਾਮ ਸੁੰਬਰ ਪ੍ਰਧਾਨ ਨਗਰ ਕੌਂਸਲ ਫਿਲੌਰ ਰਣਧੀਰ ਸਿੰਘ EO ਫਿਲੌਰ ਬੈਬਲ ਸ਼ਰਮਾ ਵਾਈਸ ਪ੍ਰਧਾਨ ਨਗਰ ਕੌਂਸਲ ਫਿਲੌਰ ਮਲਕੀਤ ਰਾਮ AR ਸੁਖਜੀਤ ਸਿੰਘ ਇੰਸਪੈਕਟਰ ਦਵਿੰਦਰ ਸਿੰਘ ਦਸਾੜਾ ਚੇਅਰਮੈਨ ਜਸਵਿੰਦਰ ਸਿੰਘ ਜੱਸੀ ਵਾਈਸ ਚੇਅਰਮੈਨ ਬਲੈਕ ਸੰਮਤੀ ਫਿਲੌਰ ਤੇ ਵਿਸ਼ੇਸ਼ ਸ਼ਖਸੀਅਤਾਂ ਹਾਜ਼ਰ ਸਨ। ਸ਼ਾਨ ਨਿਊਜ਼ ਤੋਂ ਕੈਮਰਾਮੈਨ ਡਿੰਪਲ ਦੇ ਨਾਲ ਅਜੇ ਸਿੰਘ ਨਾਗੀ ਦੀ ਰਿਪੋਰਟ। ਸੁਵਿਧਾ ਕੈਂਪ ਲਗਾਇਆ ਜਿਸ ਵਿੱਚ 8000 ਸਾਈਕਲਾਂ ਜਿਹੜੀਆਂ ਪਲੋਟਾਂ ਜਿਹੜੀਆਂ 5 ਮਰਲੇ ਦੇ ਪਲੋਟ ਜਿਹੜੀਆਂ ਪੈਨਸ਼ਨ ਜਿਹੜਾ ਬਿਜਲੀ ਮਾਫ ਹੋਈ ਆ ਪਾਣੀ ਦੇ ਉਹਦੇ ਫਾਰਮ ਪਾਣੀ ਦਾ ਕਨੈਕਸ਼ਨ ਟੋਇਲਟਸ ਇਹ ਸਾਰੀਆਂ ਚੀਜ਼ਾਂ ਬਹੁਤ ਸਟਾਰ ਲੱਗੇ ਔਰ ਇੱਥੇ ਸੈਂਕੜੇ ਲੋਕ ਆਪਣੇ ਆਪਣੇ ਫਾਰਮ ਭਰ ਰਹੇ। ਸੋ ਮੈਂ ਸਮਝਦਾ ਕਿ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਕਿ ਲੋਕਾਂ ਨੂੰ ਦਫ਼ਤਰਾਂ 'ਚ ਨਾ ਜਾਣਾ ਪਵੇ ਇਸ ਕਰਕੇ ਸੁਵਿਧਾ ਕੈਂਪ ਲਗਾਏ ਤਾਂ ਕਿ ਸਾਰੇ ਹੀ ਆਪਣੀ ਜਿਹੜਾ ਵੀ ਉਹਨਾਂ ਦੇ ਮੁਤਾਬਕ ਜਿਹੜੀ ਵੀ ਉਹਨਾਂ ਦੀ ਲੋੜ ਹੈ ਉਹ ਇੱਥੇ। ਮੁੱਖ ਮੰਤਰੀ ਪੰਜਾਬ ਜੀ ਵੱਲੋਂ ਹਦਾਇਤਾਂ ਹੋਈਆਂ ਸੀਗੀਆਂ ਕਿ 28-29 ਤਰੀਕ ਨੂੰ ਜਿਹੜੀਆਂ ਵੀ ਲੋਕਾਂ ਨੂੰ ਸਹੂਲਤਾਂ ਦੇਣ ਲਈ ਵੱਖਰੀਆਂ ਵੱਖਰੀਆਂ ਸਕੀਮਾਂ ਨੇ ਜਾਂ ਜਿਹੜੀਆਂ ਉਹਨਾਂ ਦੇ ਕੋਈ ਇਸ਼ੂਜ਼ ਆ ਰਹੇ ਨੇ ਉਹਨਾਂ ਦੇ ਵਾਸਤੇ ਫੈਸਿਲੀਟੇਸ਼ਨ ਕੈਂਪ ਸੁਵਿਧਾ ਕੈਂਪ ਲਾਏ ਜਾਣ। ਸੋ DC ਸਾਹਿਬ ਦੀ ਯੋਗ ਰਹਿਨੁਮਾਈ ਹੇਠ ਐਸੋਸੀਏਸ਼ਨ ਫਲੋਰ ਦੇ ਵਿੱਚ ਵੀ ਇੱਕ ਸਤਲੁਜ ਕਲੱਬ ਅੱਜ ਅਤੇ ਕੱਲ੍ਹ ਵਾਸਤੇ 2 ਕੈਂਪ ਔਰਗਨਾਈਜ਼ ਕੀਤੇ ਨੇ। ਡਿਫਰੈਂਟ ਡਿਪਾਰਟਮੈਂਟਸ ਜਿਵੇਂ DDPO ਆਫਿਸ DFSC ਫਿਰ ਆਪਣਾ ਫੋਰੈਸਟ ਈਵਨ ਸਾਡਾ ਰੈਵਨਿਊ ਸਟਾਫ ਮੈਡੀਕਲ ਸਟਾਫ ਇਹ ਸਾਰੇ ਦੇ ਸਾਰੇ ਆਏ ਹੋਏ ਜਿਹੜੀਆਂ ਸਰਕਾਰ ਦੀਆਂ ਫਲੈਗਸ਼ਿਪ ਸਕੀਮਸ ਨੇ ਜਿਵੇਂ 5-5 ਮਰਲਿਆਂ ਦੇ ਪਲੋਟ ਵੰਡਣੇ ਉਹਨਾਂ ਦੇ ਆਪਣੇ 2 KW ਤੱਕ ਦੇ ਜਿਹੜੇ ਕਨੈਕਸ਼ਨ ਨੇ ਉਹਨਾਂ ਦੇ ਬਿੱਲ ਮਾਫ ਕਰਨੇ ਕੋਈ CLU ਕਿਸੇ ਦਾ ਕੋਈ ਇੰਤਕਾਲ UDID ਇਹਨਾਂ ਵਾਸਤੇ ਲੋਕ ਜਿਹੜੇ ਹੈਗੇ ਅੱਜ ਇੱਥੇ ਗੱਲ ਹੋਈ। ਸਰ ਹਲਕੇ ਦੇ ਵਿੱਚ ਹਰੇਕ ਪੰਚਾਇਤ ਦੇ ਕੋਲ ਇੰਨੀ ਜ਼ਮੀਨ ਹੈਗੀ ਦੇ ਸਕਣੇ ਸਿਸਟਮਸ ਆਇਆ ਹੈ ਟੇਕਨ ਚਾਰਜ ਓਵਰ ਜਸਟ ਯੈਸਟਰਡੇ। ਸੋ ਇਹਦੇ ਵਿੱਚ ਸਮਥਿੰਗ ਹੈਜ਼ ਟੂ ਬੀ ਲੁਕਡ ਆਫਟਰ। ਇੱਕ ਵਾਰ ਐਪਲੀਕੇਸ਼ਨ ਫਿਰ ਸਬਮਿਟ ਕਰਨੀ ਉਹਨਾਂ ਦਾ ਫਰਜ਼ ਬਣਦਾ ਲੋਕਾਂ ਦਾ ਦੈਨ ਵੀ ਵੁੱਡ ਵਾਚ ਇਟ ਵੀ ਉਹਨਾਂ ਦੇ ਕੋਈ ਸਕਰੂਟਨੀ ਕਰਕੇ ਕਿਹੜੇ ਕਿਹੜੇ ਕ੍ਰਾਈਟੀਰੀਆ ਦੇ ਅੰਡਰ ਫਾਲ ਹੁੰਦੇ। ਬਿਜਲੀ ਦਾ ਬਿੱਲ ਮਾਫ ਹੋਇਆ ਜੀ ਮੈਂ ਆਂਗਨਵਾੜੀ ਵਰਕਰ ਬੋਲ ਰਹੀ ਹਾਂ। ਤੁਹਾਡਾ ਕਿੰਨਾ ਬਿੱਲ ਸੀ? ਮੇਰਾ 5800 ਰੁਪਈਆ ਬਿੱਲ ਸੀ ਜੀ। ਤੁਸੀਂ ਕਿਹੜੀ ਜਗ੍ਹਾ ਰਹਿੰਦੇ ਹੋ? ਅਸੀਂ ਫਲੋਰ ਰਹਿੰਦੇ ਹਾਂ ਜੀ। ਕਿੱਤਾ ਜੀ ਧੰਨਵਾਦ ਕਿਹਦਾ ਜੀ? ਵਾਸਤੇ ਉਹ ਜੀ ਸਰਕਾਰ ਰੋਜ਼ ਆਉਣੀ ਚਾਹੀਦੀ ਹੈ। Subscribe now and press the bell icon. Never miss an update.